ਇੱਧਰ ਮੇਰੇ ਵੱਲ ਧਿਆਨ ਕਰੋ ਸਾਰੇ, ਕਿਉਂਕਿ ਮੈਂ ਪੜ੍ਹਨ ਲੱਗਾ ਕੁਰਾਨ, ਆਇਤ ਮੈਂ ਪੜ੍ਹਨ ਲੱਗਾ, ਅੱਗੇ ਸੈਯਦ ਵੀ ਮੇਰੇ ਸਾਹਮਣੇ ਨੇ ਅਤੇ ਦਾਦਾ ਸਾਹਿਬ ਦੇ ਸਾਰੇ ਖਾਦਮ ਅਤੇ ਹਾਦੀ ਨੌਸ਼ੋ ਦੇ ਵੀ ਖਾਦਮ, ਉਹ ਵੀ ਗੰਜ ਬਖਸ਼, ਇਹ ਵੀ ਗੰਜ ਬਖਸ਼, ਮੈਂ ਤੁਹਾਨੂੰ ਅੱਗੇ ਠਹਿਰ ਜਾਓ। ਆਇਤ ਮੈਂ ਪੜ੍ਹਨ ਲੱਗਾ ਕੁਰਾਨ ਦੀ ਅਤੇ ਜ਼ਰਾ ਸਾਰੇ ਸੁਣ ਲਓ। ਅੱਲਾ ਫਰਮਾਉਂਦਾ ਕੁਲ ਇਨ ਕੁੰਤੁਮ ਤੁਹਿੱਬੂਨ ਅੱਲਾ। ਰਾਜੀ ਸਾਹਿਬ ਦਾਦਾ ਜੀ, ਦੋ ਮਿੰਟ ਵਾਸਤੇ ਨਾ ਹੱਥ ਹਿਲਾਉਣ ਤੋਂ ਬਗੈਰ ਸੁਣਨਾ ਮੈਨੂੰ। ਇਹ ਭਾਈ ਜੀ, ਤੁਸੀਂ ਵੀ ਐਤ ਸੁਣੋਗੇ ਕੁਰਾਨ ਕਰੀਮ ਦੀ। ਅੱਲਾ ਫਰਮਾਇਆ ਕੁਲ ਇਨ ਕੁੰਤੁਮ ਤੁਹਿੱਬੂਨ ਅੱਲਾ ਫਤਬਉਨੀ ਯੁਹਿੱਬਕੁਮ ਅੱਲਾਹੁ ਵਯਗਫਿਰ ਲਕੁਮ ਜ਼ੁਨੂਬਕੁਮ ਵੱਲਾਹੁ ਗਫੂਰੁਰ ਰਹੀਮ। ਹੁਣ ਤੁਸੀਂ ਆਇਤ ਸੁਣ ਲਈਏ, ਹੁਣ ਜ਼ਰਾ ਗੁਏ ਦਾ ਮਾਨਾ ਸੁਣੋ ਮੇਰੇ ਵੱਲੋਂ ਵੇਖ ਕੇ। ਅੱਲਾ ਫਰਮਾਇਆ ਨਬੀ ਕਰੀਮ ਨੂੰ, ਅੱਲਾ ਨਬੀ ਕੋਲ ਨਹੀਂ ਰਹਿ ਗਿਆ। ਲੋ ਜੀ, ਮੈਦਾਨੇ ਖੁਬੇ ਬਦੀਨ ਚ ਸਾਹਮਣਾ ਨਹੀਂ, ਇਹ ਮੈਦਾਨੇ ਖੁਬੇ ਬਦੀਨ ਚ 1,20,000 ਸਹਾਬਾ ਨੇ ਹੱਥ ਉਠਾ ਕੇ ਯਾ ਅਲੀ ਯਾ ਅਲੀ ਕੀਤਾ, ਤੇ ਆ ਸਹਾਬਾ ਦੀ ਸੁਣਨ ਦੇ ਯਾ ਪਾਕ ਦਾ ਤੇ ਅੱਲਾ ਦਾ ਇੱਕੋ ਹੀ ਫਰਮਾਨ ਹੈ। ਜਿਹਨੂੰ ਸ਼ੱਕ ਹੋਵੇ ਸੂਰਾ ਨਜ਼ਮ ਦੀ ਆਇਤ ਬੜੇ, ਅੱਲਾ ਫਰਮਾਉਂਦਾ ਵਮਾ ਯੰਤਕੂ ਅਨਿਲ ਹਵਾ ਇਨ ਹੋਵਾ ਇਲਾ ਵਾਹਿਗੁਰੂ ਯੂਹਾ।
ਅੱਲਾ ਦਾ ਉਨੀ ਦੇਰ ਤੱਕ ਮੁਸਤਫਾ ਨਹੀਂ ਬੋਲਦੇ ਜਿੰਨੀ ਦੇਰ ਤੱਕ ਮੈਂ ਨਾ ਆਖਾਂ। ਸੁਭਾਨ ਅੱਲਾ। ਇੱਥੋਂ ਫਿਰ ਇਹ ਮੰਨ ਜਾਣਾ ਚਾਹੀਦਾ ਕਿ ਜਦੋਂ ਨਬੀ ਕਰੀਮ ਬੋਲਣ ਇਹ ਮੰਨਣਾ ਚਾਹੀਦਾ, ਇਹ ਮੰਨਣਾ ਚਾਹੀਦਾ ਇਹ ਨਹੀਂ ਪਿਆ ਬੋਲਦੇ, ਉਹ ਆਪ ਹੀ ਪਿਆ ਬੋਲਦਾ। ਸੁਭਾਨ ਅੱਲਾ। ਹੁਣ ਜਿਹਨੇ ਜਿਹਨੇ ਅੱਲਾ ਨਾਲ ਯਾਰੀ ਲੈਣੀ ਜ਼ਰਾ ਹੱਥ ਖੜਾ ਕਰੋ। ਇਨਸ਼ਾਅੱਲਾ ਯਾਰੀ ਹੋਵੇਗੀ, ਅਤੇ ਪਰ ਇੱਕ ਸ਼ਰਤ ਉਹਦੇ ਵਿੱਚ ਅੱਲਾ ਦਾ ਨਬੀ ਪਾਕ ਦੇ ਫਰਮਾਨ ਕੇ ਫਰਮਾਨ ਨੂੰ ਮੰਨਣਾ ਪੈਣਾ ਕਿ ਨਬੀ ਪਾਕ ਦੀ ਫਰਮਾ ਬਰਦਾਰੀ ਅਤੇ ਅੱਲਾ ਦੀ ਯਾਰੀ। ਜਿਹੜਾ ਬੇਫਰਮਾਨ ਹੈ ਹਜ਼ੂਰ ਦਾ ਉਹ ਯਾਰ ਨਹੀਂ ਹੋ ਸਕਦਾ ਅੱਲਾ ਦਾ। ਲਓ ਵੀ ਇਹ ਹੁਣ ਹੋ ਗਿਆ ਪੱਕ। ਹੁਣ ਮੈਂ ਤੁਹਾਨੂੰ ਨਬੀ ਪਾਕ ਦਾ ਫਰਮਾਨ ਸੁਣਾਉਣ ਲੱਗਾ ਕਿ ਨਬੀ ਪਾਕ ਦਾ ਫਰਮਾਨ ਹੈ ਅਲ ਜ਼ਿਕਰ ਅਲੀ ਉਨ ਇਬਾਦਾ। ਉਹ ਛੋਟੇ ਬੈਠ ਜਾ। ਆਪਦਾ ਫਰਮਾਨ ਹੈ ਯਾ ਅਲੀ ਕਾ ਜ਼ਿਕਰ ਕਰੋ ਇਬਾਦਤ ਹੈ। ਸੁਭਾਨ ਅੱਲਾ। ਇਹ ਹੁਣ ਸਾਰੀ ਉਮਤ ਹੈ ਸਰਕਾਰ ਦੀ, ਉਮਤੀ ਹੋਵੇ ਜਿਹੜਾ ਨਬੀ ਪਾਕ ਦਾ ਫਰਮਾਨ ਮੰਨੇ, ਅਤੇ ਅੱਲਾ ਦਾ ਯਾਰ ਵੀ ਹੋਵੇ ਜਿਹੜਾ ਨਬੀ ਪਾਕ ਦਾ ਫਰਮਾਨ ਮੰਨੇ। ਅਤੇ ਨਬੀ ਪਾਕ ਦਾ ਫਰਮਾਨ ਹੈ ਜ਼ਿਕਰ ਅਲੀ ਕਰੋ। ਅਤੇ ਅੱਜ ਜ਼ਰਾ ਉਮਤੀ ਹੋਣ ਦਾ ਸਬੂਤ ਦਿਓ ਕਿ ਮੈਂ ਇੱਕ ਵਾਰੀ ਹੈਦਰੀ ਆਖਾਂ ਅਤੇ ਤੁਸੀਂ ਦੋ ਵਾਰੀ ਯਾ ਅਲੀ ਆਖਣਾ। ਕੁਝ ਜੀ ਹਾਲੇ ਵੀ ਨਹੀਂ ਬਈ ਆਲੀ ਆਲੀ ਕਰਦੇ। ਮੈਂ ਤੁਹਾਨੂੰ ਕੁਰਾਨ ਦੀ ਆਇਤ ਸੁਣਾਈ ਹੈ, ਉੱਤੋਂ ਮੁਹੰਮਦ ਮੁਸਤਫਾ ਦੀ ਹਦੀਸ ਸੁਣਾਈ ਹੈ, ਅਤੇ ਇਹਦੇ ਵਿੱਚ ਖਤਰਾ ਕੋਈ ਨਹੀਂ ਰਹਿ ਗਿਆ। ਲਓ ਜੀ ਮੈਦਾਨ ਖੁੰਮੇ ਕਦੀਰ 'ਚ ਸਾਹਿਬਜ਼ਾਦਾ ਜੀ, ਇਹ ਮੈਦਾਨ ਖੁੰਮੇ ਕਦੀਰ 'ਚ 1,20,000 ਸਹਾਬਾ ਨੇ ਹੱਥ ਉਠਾ ਕੇ ਯਾ ਅਲੀ ਆਲੀ ਕੀਤਾ। ਅਤੇ ਆਹ ਸਹਾਬਾ ਦੀ ਸੁਨਤ ਹੈ ਯਾ ਅਲੀ ਆਲੀ ਕਰੋ। ਅਤੇ ਜਿਨ੍ਹਾਂ ਮਾਵਾਂ ਦਾ ਪਿਤਾ ਜੇ ਉਹਨਾਂ ਜ਼ੋਰ ਲਾ ਕੇ ਯਾ ਅਲੀ ਆਲੀ ਕਰੋ। ਕੁਰਾਨ ਨਾਲੋਂ ਉੱਥੇ ਕੋਈ ਨਹੀਂ ਗੱਲ, ਕੁਰਾਨ ਮਜੀਦ ਨਾਲੋਂ ਉੱਤੇ ਸਹੁੰ ਹੀ ਕੋਈ ਨਹੀਂ। ਅਤੇ ਮੈਨੂੰ ਕੁਰਾਨ ਦੀ ਕਸਮ ਹੈ ਨਬੀ ਪਾਕ ਦਾ ਫਰਮਾਨ ਹੈ ਯਾ ਅਲੀ ਕਾ ਜ਼ਿਕਰ ਕਰੋ ਇਬਾਦਤ ਹੈ। ਇਹਦੂ ਉੱਤੇ ਮੈਂ ਕੁਝ ਨਹੀਂ ਤੁਹਾਨੂੰ ਆਖ ਸਕਦਾ। ਅਤੇ ਹੁਣ ਜੇ ਤੁਸੀਂ ਨਾ ਜ਼ਿਕਰ ਪੂਰਾ ਕਰੋ ਢਿੱਲ ਨਾਲ ਤਾਂ ਫਿਰ ਤੁਸੀਂ ਆਪੇ ਕਾਬੂ ਆ ਜਾਣਾ ਇਨਸ਼ਾਅੱਲਾਹ।
ਕਿਉਂਕਿ ਅਸੀਂ ਪਾਕ ਸਾਹਿਬ ਦੇ ਘਰ ਹਾਂ ਅਤੇ 900 ਪਾਕ ਦਾ ਫਰਮਾਨ ਹੈ, ਯਾ ਅਲੀ ਕਾ ਰਾਸਤਾ ਸਿਰਾ ਤੇ ਮੁਸਤਕੀਮ ਹੈ, ਇਹ ਮੇਰੇ ਹਾਦੀ 900 ਦਾ ਫਰਮਾਨ ਹੈ। ਇਹ ਮੇਰੇ ਹਾਦੀ 900 ਦਾ ਫਰਮਾਨ ਹੈ, ਯਾ ਅਲੀ ਕਾ ਰਾਸਤਾ ਸਿਰਾ ਤੇ ਮੁਸਤਕੀਮ ਹੈ। ਤੇ 900 ਪਾਕ ਨੂੰ ਸੁਣੋ ਤੇ ਫੈਜ਼ਾਨ ਕਿਹਦਾ, ਇਹ 900 ਪਾਕ ਕੋਲ ਫੈਜ਼ ਕਿਹਦਾ, ਯਾ ਅਲੀ ਦਾ, ਤੇ ਦਾਤਾ ਕੋਲ ਫੈਜ਼ ਕਿਹਦਾ, ਯਾ ਅਲੀ ਦਾ, ਤੇ ਗੌਸ ਬਾਗ ਕੋਲ ਫੈਜ਼ ਕਿਹਦਾ, ਯਾ ਅਲੀ ਦਾ, ਤੇ ਸਾਰੇ ਗੌਸ ਬਾਗ ਦੇ ਨੌਕਰ ਤੇ ਦਾਤਾ ਬਾਗ ਦੇ ਨੌਕਰ ਤੇ ਹਾਦੀ 900 ਦੇ ਨੌਕਰ ਅੱਜ ਪੂਰਿਆਂ ਟਿੱਲਾਂ ਨਾਲ ਆਖ ਲਓ ਪੰਜ ਨਾਲ ਲਵੀ, ਜਿਹਨਾਂ ਦੀ ਰਹਿਮਾਨੀਆਂ ਨਾਲ ਸਾਕਾ ਚਾ ਰਹੀ ਹੈ ਉਹ ਵੀ ਆਲੀ ਆਲੀ ਕਰੋ। ਲਓ ਹੁਣ ਮੈਂ ਹਿਸਾਬ ਲਾਉਣ ਲੱਗਾ ਤੁਹਾਡਾ, ਜੰਨਤ 'ਚ ਜਿਹਨੇ ਪਹਿਲੂ ਜਾਣਾ ਤੇਰਾ ਕੋ ਹੱਥ ਖੜਾ ਕਰੋ। ਵੇਖੋ ਨਾ ਕਿੰਨੇ ਠਰਕੀ ਹੋ ਜੰਨਤ ਦੇ, ਤੇ ਇਹ ਜਿਹਦਾ ਜ਼ਿਕਰ ਪਿਆ ਆਉਂਦਾ ਇਹਦੇ ਪੁੱਤਰਾਂ ਦੀ ਜਾਗੀਰ ਹੈ ਜੰਨਤ। ਜੰਨਤ ਦੇ ਨੌਜਵਾਨਾਂ ਦੇ ਸਰਦਾਰ